आज संगत आपने कुछ समय तो ला के हम तक गुरबाणी के कीर्तन का और विचार का लाभ उठाया, बाकी जितना समा 9 बजे तक का अपने पास है उसनु भी सफला करने की खेचल करो, शब्द भी बोलिया करो, रचना की सफलता वाहिगुरू का जस कीत्या ही है। नाम लै तो गोबिंद का सूची पई रचना, पैरां की पवित्रता गुरु बाबे के दरबार वाल आया है और नेत्रां की पवित्रता गुरु का दर्शन करके है, कन्नां की पवित्रता वाहिगुरू का जस सुन के है, जबान की पवित्रता वाहिगुरू का जस करके है। यूं हरी जस विच बोलिया करो, पहले दास बोलिया करके, फिर सारे भाई, तीसरे पासे सब बीबियां बोलन की खेचल करिया करो, बच्चों नूं चुप रखण की कृपा करो। जिन्हां बीबियां पास बच्चे हैं उन्होंने चाहिए पहले पिछले पासे बैठना, ताकि रोण वेले बच्चे नूं उठ के चुप कराया जा सके, होर संगत दे रंग विच भंग ना पवे। थोड़ा जिहा समा हुंदा है उसनू पूरा पूरा शांति नाल सफला करना चाहिदा। आ हुण सारे शब्द बोलो। रखो राखन हार दयाला नानक घर के बोले जी, yeah।
ठाकुर प्रतिपालक नायक खसम हमारे, निमक निमक तुम ही फिरत पालो, हम बारक तुमरे धारे। जेबा एक कवन गुन कहिए, बेशुमार बेअंत स्वामी तेरो अंत नक नहीं लइए। राखो राखन हार दियाला नानक करके बोले, we'll be right back.
ਖਿਆਲਾਂ ਨੂੰ ਬਾਹਰੋਂ ਰੋਕਣ ਦੀ ਖੇਚਲ ਕਰੋ ਔਰ ਧਿਆਨ ਦੇ ਕੇ ਗੁਰੂ ਬਾਬਾ ਜੀ ਦੀ ਸਿੱਖਿਆ ਜੋ ਕਿ ਲੋਕ ਸੁਖੀ ਪ੍ਰਲੋਕ ਸੁਹੇਲਾ ਬਣਾਉਣ ਵਾਲੀ ਹੈ ਸੁਣਨ ਦੀ ਖੇਚਲ ਕਰੋ। ਇਨਸਾਨ ਦੁਨੀਆ ਵਿੱਚ ਕੁਛ ਦੇਰ ਵਾਸਤੇ ਆਇਆ ਹੈ, ਸਦੀਵੀ ਰਹਿਣ ਦਾ ਇਹਦਾ ਥਾਂ ਨਹੀਂ, ਇਹ ਤਾਂ ਦੁਨੀਆ ਮੁਕਾਮ ਏ ਫਾਨੀ। ਉਹਨਾਂ ਦਾ ਮੁਕਾਮ ਹੈ ਚੰਦ ਰੋਜ਼ਾ ਇੱਥੇ ਕਿਆਮ ਕਰਨਾ ਹੈ, ਜਿਵੇਂ ਮੁਸਾਫਰ ਸੂਰ ਛਿਪੇ 'ਤੇ ਕਿਸੇ ਮੁਸਾਫਰਖਾਨੇ ਵਿੱਚ ਆ ਜਾਂਦਾ, ਰਾਤ ਕੱਟਦਾ ਹੈ, ਸੂਰਜ ਚੜ੍ਹੇ ਆਪਣਾ ਰਸਤਾ ਫੜਦਾ ਹੈ, ਇਸੀ ਤਰ੍ਹਾਂ ਇਸ ਦੀ ਹਾਲਤ ਹੈ। ਜਦੋਂ ਜਨਮ ਰੂਪੀ ਸੂਰਜ ਛਿਪਦਾ ਹੈ, ਕਿਸੇ ਘਰ ਵਿੱਚ ਆ ਜਾਂਦਾ, ਜਨਮ ਲੈ ਲੈਂਦਾ, ਉਮਰ ਰੂਪੀ ਰਾਤਰੀ ਕੱਟਦਾ ਹੈ, ਜਦੋਂ ਮੌਤ ਰੂਪੀ ਸੂਰਜ ਚੜ੍ਹਦਾ ਹੈ, ਕਰਮਾਂ ਅਨੁਸਾਰ ਅੱਗੇ ਚਲਾ ਜਾਂਦਾ। ਇਹੋ ਜਿਹੇ ਕਰਮ ਕਰਦਾ ਅੱਗੇ ਉਸਦੇ ਮੁਤਾਬਕ ਰਾਨੀ ਸੁਖਿਆ ਦੁੱਖ ਫਲ ਭੁਗਤਦਾ ਹੈ। ਇਹ ਸਮਝਦਾ ਹੈ ਮੈਂ ਸਿਰਫ ਦੁਨੀਆ ਵਿੱਚ ਐਸ਼ੋ ਇਸ਼ਰਤ ਵਾਸਤੇ ਹੀ ਆਇਆ ਹਾਂ, ਜ਼ਿੰਦਗੀ ਦਾ ਮੁੱਦਾ ਇਹੀ ਹੈ, ਪਰ ਇਹ ਇਸਦੀ ਭੁੱਲ ਹੈ, ਗਲਤ ਫਹਿਮੀ ਹੈ। ਗੁਰੂ ਜੋ ਸਰਬੱਗ ਹੈ ਉਸ ਤੋਂ ਪੁੱਛਿਆ ਜਾਏ, ਉਹ ਤਾਂ ਇਉਂ ਫਰਮਾਉਂਦੇ ਹਨ, ਆਵਨ ਤੋਂ ਇੱਕ ਕੋ ਆਇਆ, ਜਨਮ ਤੁਮੋਇਓ ਮੋਹ ਨਹੀਂ ਮਾਇਆ। ਅਸਲ ਮਾਨਵ ਤਨ ਧਾਰ ਕੇ ਜਿੱਥੇ ਵਿਵਹਾਰਕ ਫਰਜ਼ ਸਿਰਫ ਸਰੀਰ ਤੱਕ ਹੀ ਮਹਦੂਦ ਹੈ, ਉਸ ਤੋਂ ਬਾਅਦ ਅੱਗੇ ਵੀ ਕਿਸੇ ਗੱਲਣ ਵਾਸਤਾ ਪੈਣਾ ਹੈ, ਉਹ ਵਾਹਿਗੁਰੂ ਅੰਤਰਜਾਮੀ ਦਾ ਭਜਨ ਹੈ। ਵਾਹਿਗੁਰੂ ਦਾ ਭਜਨ ਕਰਕੇ ਉਸਨੂੰ ਮਿਲ ਕੇ ਪੂਰਨ ਸੁਖੀ ਹੋਣ ਵਾਸਤੇ ਇਸਦੇ ਆਉਣ ਦਾ ਪਰਮ ਪ੍ਰਯੋਜਨ ਹੈ, ਇਉਂ ਫਰਮਾਉਂਦੇ ਹਨ। ਇੱਕ ਕੋ ਆਇਆ ਆਵਨ Thank you.
ਅੰਤੋ ਏਕੈ ਕੋ ਆਇਆ ਜਨਮ ਤੁਮੋਯੋ ਮੋਹ ਨੀ ਮਾਇਆ। ਆਇਆ ਤਾਂ ਭਜਨ ਕਰਨ ਵਾਸਤੇ ਅਮਾਨੁਖ ਤਨ ਥਾਰ ਕੇ, ਪਰ ਜੰਮਦਾ ਹੀ ਈਸ਼ਰੀ ਮਾਇਆ ਨੇ ਇਸਨੂੰ ਇਹੋ ਜਿਹਾ ਮੋਹਿਤ ਕੀਤਾ, ਇਸ ਲਈ ਫਰਜ਼ ਨੂੰ ਭੁੱਲ ਹੀ ਗਿਆ। ਜਿਵੇਂ ਕਿਸੇ ਨਸ਼ੇ ਦੇ ਅਧੀਨ ਹੋ ਕੇ ਇਨਸਾਨ ਆਪਣਾ ਆਪ ਅਤੇ ਆਪਣਾ ਫਰਜ਼ ਸਭ ਕੁਛ ਭੁੱਲ ਜਾਂਦਾ ਹੈ, ਇਸੀ ਤਰ੍ਹਾਂ ਹੀ ਜਿਤਨੀ ਦੇਰ ਤੱਕ ਇਸ ਨੂੰ ਅਵਿੱਦਿਆ ਦਾ ਨਸ਼ਾ ਚੜ੍ਹਿਆ ਹੋਇਆ ਹੈ, ਅਗਿਆਨ ਦਾ ਨਸ਼ਾ ਚੜ੍ਹਿਆ ਹੋਇਆ ਹੈ, ਅਸਲੀ ਫਰਜ਼ ਨੂੰ ਪਹਿਚਾਣ ਨਹੀਂ ਸਕਦਾ। ਇਹ ਨਸ਼ਾ ਦੂਰ ਹੁੰਦਾ ਹੈ ਜਿਵੇਂ ਜਿਵੇਂ ਸਤਸੰਗ ਕਰਦਾ ਹੈ, ਭਜਨ 'ਤੇ ਵਿਚਾਰ ਕਰਦਾ ਹੈ। ਇਸ ਕਰਕੇ ਇਹ ਵਾਹਿਗੁਰੂ ਦਾ ਭਜਨ ਕਰਨ ਵਾਸਤੇ ਦਰਅਸਲ ਆਇਆ ਹੈ। ਤੂੰ ਤਾਂ ਨਾਮ ਦੇ ਜਪਣ ਨੂੰ ਆਇਆ ਮਾਇਆ ਵਾਲਾ ਫਰਜ਼ ਨੂੰ ਭੁੱਲ ਗਿਆ, ਸਿਰਫ ਆਪਣੀ ਜ਼ਿੰਦਗੀ ਨੂੰ ਦੁਨੀਆ ਤੱਕ, ਦੁਨੀਆ ਦੇ ਵਿਵਹਾਰਾਂ ਤੱਕ ਹੀ ਮਹਿਦੂਦ ਰੱਖ ਲਿਆ। ਹਾਲਾਂਕਿ
ਇਨਸਾਨ ਦੇ ਦੋ ਫਰਜ਼ ਹਨ, ਇੱਕ ਵਿਵਹਾਰਕ, ਇੱਕ ਪਰਮਾਰਥ, ਇੱਕ ਲਾਜ਼ਮੀ, ਇੱਕ ਗੈਰ ਲਾਜ਼ਮੀ। ਲਾਜ਼ਮੀ ਫਰਜ਼ ਦੀ ਜੋ ਵਕਤ ਹੈ ਉਹ ਗੈਰ ਲਾਜ਼ਮੀ ਦੀ ਹਰਗਿਜ਼ ਹਰਗਿਜ਼ ਨਹੀਂ ਹੋਇਆ ਕਰਦੀ। ਲਾਜ਼ਮੀ ਫਰਜ਼ ਦਾ ਇਸਦਾ ਇਹ ਕੁਛ ਹੈ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ। ਪਰ ਵਿਵਹਾਰਕ ਫਰਜ਼ ਦੀ ਬਾਬਤ ਕਹਿੰਦੇ ਨੇ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸਿੰਘ ਫਜ ਕੇ ਵਰਨਾ। ਆਹ ਵਿਵਹਾਰਕ ਫਰਜ਼ ਵੀ ਇਸਨੇ ਆਪਣਾ ਅਦਾ ਕਰਨਾ ਹੈ, ਲੇਕਿਨ ਅਸਲੀ ਮੁੱਖ ਫਰਜ਼ ਵਾਹਿਗੁਰੂ ਦੀ ਬੰਦਗੀ ਕਰਨੀ ਹੈ, ਜਿਸ ਦੇ ਵਾਸਤੇ ਪ੍ਰਾਚੀਨ ਇਤਿਹਾਸ ਨੂੰ ਦੇਖਿਆ ਜਾਵੇ। ਰਾਜਿਆਂ ਮਹਾਰਾਜਿਆਂ ਨੇ ਰਾਜ ਭਾਗ ਛੱਡ ਕੇ ਉਹਨਾਂ ਦੀ ਕੁਰਬਾਨੀ ਕਰਕੇ, ਤਮਾਮ ਜਿਸਮ ਦੇ ਸੁੱਖਾਂ ਦੀ ਕੁਰਬਾਨੀ ਕਰਕੇ ਗੋਰਖ ਦੇ ਚੇਲੇ ਬਣੇ, ਤਾਂ ਕਿ ਕਿਸੇ ਅਵਿਨਾਸ਼ੀ ਸੁੱਖ ਨੂੰ, ਜਿਸ ਸੁੱਖ ਦਾ ਕਦੇ ਵੀ ਨਾਸ਼ ਨਾ ਹੋਵੇ, ਜਿਸ ਸੁੱਖ ਦੇ ਵਿੱਚ ਦੁੱਖ ਦਾ ਨਾਮੋ ਨਿਸ਼ਾਨ ਨਾ ਹੋਵੇ, ਉਸਨੂੰ ਪ੍ਰਾਪਤ ਹੋਇਆ ਜਾਵੇ। ਕਿਉਂਕਿ ਦੁਨੀਆਂ ਦੇ ਜਿਤਨੇ ਸੁੱਖ ਹਨ ਇਹ ਅਨੇਕਾਂ ਕੰਡਿਆਂ ਦੇ, ਦੁੱਖ ਰੂਪ ਕੰਡਿਆਂ ਦੇ ਘਿਰੇ ਹੋਏ ਹਨ। ਜਿਵੇਂ ਗੁਲਾਬ ਦੇ ਵਿੱਚ ਜੇ ਖੁਸ਼ਬੂ ਹੁੰਦੀ ਹੈ ਉਹਦੇ ਚਤਰਫੇ ਕੰਡੇ ਵੀ ਬਹੁਤੇ ਹੁੰਦੇ ਹਨ, ਇਸੇ ਤਰ੍ਹਾਂ ਦੁਨੀਆਂ ਦਾ ਥੋੜ੍ਹਾ ਜਿਹਾ ਸੁੱਖ ਜੇ ਹੈ ਕਿਤੇ ਉਸਦੇ ਚਾਰ ਚੁਫੇਰੇ ਬਹੁਤੇ ਦੁੱਖ ਰੂਪ ਕੰਡੇ ਵੀ ਹਨ। ਪਰ ਇੱਕ ਅਵਿਨਾਸ਼ੀ ਸੁੱਖ ਹੈ, ਵਾਹਿਗੁਰੂ ਅੰਤਰਯਾਮੀ ਦਾ ਸੁੱਖ ਹੈ, ਉਸਦੇ ਭਜਨ ਦਾ ਸੁੱਖ ਹੈ, ਜਿਸਦੇ ਵਿੱਚ ਦੁੱਖ ਦਾ ਨਾਮ ਨਿਸ਼ਾਨ ਨਹੀਂ। ਉਸ ਸੁੱਖ ਦੇ ਵਾਸਤੇ ਉਹਨਾਂ ਨੇ ਰਾਜ ਭਾਗ ਛੱਡ ਕੇ, ਰਾਜੇ ਜਾਂ ਰਾਜਿਆਂ ਦੇ ਪੁੱਤਰ ਸਨ ਗੋਰਖ ਦੇ ਜਿਤਨੇ ਚੇਲੇ ਸਨ, ਪਰ ਗੁਰੂ ਬਾਬੇ ਨੇ ਸਾਨੂੰ ਐਸਾ ਨਹੀਂ ਕਿਹਾ, ਹੁਕਮ ਕੀਤਾ ਹੈ ਭਾਵੇਂ ਗ੍ਰਸਤ ਹੈ ਭਾਵੇਂ ਤਿਆਗ ਹੈ, ਕਿਤੇ ਵੀ ਰਹੋ ਪਰ ਆਪਣੇ ਪਰਮਾਰਥ ਫਰਜ਼ ਨੂੰ ਕਦੇ ਨਾ ਭੁੱਲੋ। ਵਿਵਹਾਰਕ ਫਰਜ਼ ਦੇ ਨਾਲ ਨਾਲ ਪਰਮਾਰਥ ਫਰਜ਼ ਵੀ ਅਦਾ ਕਰੀ ਚੱਲੋ, ਤਾਂ ਕਿ ਮੁਕੰਮਲ ਇਨਸਾਨ ਬਣ ਸਕੋ ਔਰ ਵਿਵਹਾਰ ਪਰਮਾਰਥ ਦੋਵੇਂ ਸਿੱਧ ਹੋਵੀਂ ਜਾਣ। ਇਉਂ ਗੁਰੂ ਬਾਬੇ ਦਾ ਫਰਮਾਨ ਹੈ। ਅੱਜ ਸਤਿਗੁਰੂ ਨਾਨਕ ਦੇਵ ਮਹਾਰਾਜ ਜਗ ਜਲੰਧੇ ਦੀ ਸਾਰ ਕਰਦੇ ਕਰਦੇ ਕਿਸੇ ਜੰਗਲ ਵਿੱਚ ਬੈਠੇ ਹੋਏ ਹਨ। ਮਰਦਾਨਾ ਰਬਾਬ ਵਜਾ ਰਿਹਾ ਹੈ, ਹਜ਼ੂਰ ਦੇ ਪਵਿੱਤਰ ਗਲੇ ਤੋਂ ਸ਼ਬਦ ਦਾ ਉਚਾਰਨ ਹੋ ਰਿਹਾ ਹੈ। ਤੂੰ ਹੀ ਮੋਹਨਾ, ਤੂੰ ਹੀ we'll be right back.
ਹੈ ਦਿਖਾਇਓ ਲੋਇਣਾ ਅੰਤਰ ਬਾਹਰ ਘੱਟ 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 ਕਿ ਤੂੰ ਤੇ ਤੂੰ ਹੀ ਮੋਹਿਣਾ। ਇਹ ਸ਼ਬਦ ਦਾ ਉਚਾਰਨ ਗੁਰੂ ਬਾਬਾ ਜੀ ਨੇ ਵਾਰ ਵਾਰ ਅਲਾਪ ਕੇ ਕੀਤਾ। ਮਰਦਾਨੀ ਨੇ ਰਬਾਬ ਵਜਾਇਆ ਤਾਂ ਤੂੰ ਹੀ ਦੀ ਧੁਨੀ ਨਾਲ ਸਾਰਾ ਜੰਗਲ ਬਿਆਬਾਨ ਗੂੰਜ ਉੱਠਿਆ, ਸਾਰੀ ਫਿਜ਼ਾ ਪਵਿੱਤਰ ਹੋ ਗਈ। ਮਰਦਾਨੇ ਨੇ ਰਬਾਬ ਰੱਖ ਦਿੱਤਾ। ਸ਼ਾਸਨ ਜਿੱਥੇ ਜਿੱਥੇ ਤੱਕ ਸ਼ਬਦ ਦੀ ਆਵਾਜ਼ ਪਹੁੰਚੀ, ਹਰ ਵਸਤੂ ਨੂੰ ਸ਼ੁੱਧੀ ਅਤੇ ਪਵਿੱਤਰਤਾ ਹਾਸਲ ਹੋਈ। ਦੁਨੀਆਂ ਦੇ ਵੀ ਸ਼ੁੱਧ ਵਸਤੂ ਵਾਹਿਗੁਰੂ ਜਾਂ ਉਸਦਾ ਨਾਮ ਹੀ ਹੈ, ਬਾਕੀ ਤਾਂ ਸਭ ਕੁਛ ਅਸ਼ੁੱਧ ਅਸਤ ਜੜ ਦੁੱਖ ਰੂਪ ਦੇ ਪਰਛੇ ਨਹੀਂ ਹੈ। ਜਿੱਥੇ ਬੈਠ ਕੇ ਵਾਹਿਗੁਰੂ ਦਾ ਭਜਨ ਹੁੰਦਾ ਹੈ, ਉਸ ਥਾਂ ਨੂੰ ਵੀ ਗੁਰੂ ਅਰਜਨ ਦੇਵ ਮਹਾਰਾਜ ਪਵਿੱਤਰ ਦੱਸਦੇ ਨੇ, ਉਹ ਫਰਮਾਉਂਦੇ ਹਨ। ਪਰਬ ਪਿਆਰੇ ਜਿਨ ਜਿੱਥੇ ਤੇਰਾ ਨਾਮ ਜਪੀ, ਪਰਬ ਪਿਆਰੇ ਸਹੀ ਅਸਥਲ ਸਵੇਨ ਚੁਬਾਰੇ, ਜਿੱਥੇ ਵਾਹਿਗੁਰੂ ਦਾ ਭਜਨ ਹੁੰਦਾ, ਵੈਰਾਨ ਥਾਂ ਵੀ ਉਜਾੜ ਵੀ ਉਹ ਸ਼ੋਭਨੀਕ ਅਤੇ ਪਵਿੱਤਰ ਹਨ। ਅੱਜ ਕਿਸੇ ਜੰਗਲ ਬਿਆਬਾਨ ਵਿੱਚ ਸ਼ਿਵਜੀ ਔਰ ਪਾਰਵਤੀ ਵਿਚਰ ਰਹੇ ਹਨ। ਇੱਕ ਟਿੱਬਾ ਹੈ, ਝਾੜੀਆਂ ਹਨ, ਕੋਈ ਸਾਫ ਥਾਂ ਨਹੀਂ। ਸ਼ਿਵ ਜੀ ਉਸਨੂੰ ਵਾਰ ਵਾਰ ਮੱਥੇ ਟੇਕੀ ਜਾਂਦੇ ਆ। ਇਹ ਦੇਖ ਕੇ ਪਾਰਵਤੀ ਪੁੱਛਣ ਲੱਗੀ, ਮਹਾਰਾਜ ਇਹ ਕੋਈ ਇਹੋ ਜਿਹਾ ਥਾਂ ਤਾਂ ਹੈ ਨਹੀਂ ਜਿੱਥੇ ਮੱਥੇ ਟੇਕੇ ਜਾਣ ਜਾਂ ਮੱਥੇ ਟੇਕਣੀ ਯੋਗ ਹੋਵੇ। ਇਹ ਤਾਂ ਵੈਰਾਨ ਥਾਂ ਹੈ, ਟਿੱਬਾ ਹੈ, ਝਾੜੀਆਂ ਹਨ। ਇਹ ਸੁਣ ਕੇ ਸ਼ਿਵਜੀ ਕਹਿਣਗੇ, ਪਾਰਵਤੀ ਤੈਨੂੰ ਨਹੀਂ ਪਤਾ, ਇਹ ਪਵਿੱਤਰ ਥਾਂ ਹੈ,
ਇਹ ਥਾਂ ਬੈਠ ਕੇ ਰੱਬ ਦੇ ਪਿਆਰੇ ਨੇ ਬੜੀ ਦੇਰ ਤੱਕ ਬੰਦਗੀ ਕੀਤੀ ਹੈ, ਭਜਨ ਕੀਤਾ ਹੈ, ਜਿਸ ਕਰਕੇ ਇਸਦਾ ਜ਼ਰਾ ਜ਼ਰਾ ਪਵਿੱਤਰ ਹੈ, ਸ਼ੁੱਧ ਹੈ ਔਰ ਨਮਸਕਾਰ ਕਰਨ ਯੋਗ ਹੈ। ਸਾਧ ਸਿੰਘ ਜਿੱਥੇ ਵਾਹਿਗੁਰੂ ਦਾ ਭਜਨ ਹੋਵੇ ਉਹ ਥਾਂ ਦੀ ਸ਼ੁੱਧੀ ਔਰ ਪਵਿੱਤਰਤਾ ਅਤੇ ਸ਼ਾਂਤੀ ਦੇ ਜਰਮ ਪ੍ਰਵੇਸ਼ ਕਰ ਜਾਂਦੇ ਹਨ। ਜਿਵੇਂ ਡਾਕਟਰ ਲੋਕ ਮੰਨਦੇ ਹਨ, ਜਿਸ ਮਕਾਨ ਜਾਂ ਕਿਸੇ ਕਮਰੇ ਵਿੱਚ ਕੋਈ ਮਲੇਰੀਏ ਦਾ ਮਰੀਜ਼ ਕੁਛ ਦੇਰ ਵਾਸਤੇ ਰਹਿ ਜਾਵੇ, ਉੱਥੇ 8-10 ਦਿਨ ਵਾਸਤੇ ਉਹਦੇ ਜਰਮ ਛੱਡ ਜਾਂਦਾ। ਕਿਸੇ ਹੋਰ ਮਕਾਨ ਜਾਂ ਕਮਰੇ ਵਿੱਚ ਕੋਈ ਟਾਈਫਾਈਡ ਦਾ, ਮਿਆਦੀ ਬੁਖਾਰ ਦਾ ਮਰੀਜ਼ ਰਹਿ ਜਾਏ, ਉੱਥੇ ਲੋਕ ਮੰਨਦੇ ਹਨ, ਡਾਕਟਰ ਲੋਕ ਮੰਨਦੇ ਹਨ ਬਈ ਤਕਰੀਬਨ 2 ਹਫ਼ਤੇ ਵਾਸਤੇ ਉਸਦੇ ਕਿਰਮ ਰਹਿ ਜਾਂਦੇ ਹਨ। ਕਿਸੇ ਹੋਰ ਸਥਾਨ ਜਾਂ ਕਮਰੇ ਵਿੱਚ ਕੋਈ TB ਦਾ, ਤਪਦਿਕ ਦਾ ਮਰੀਜ਼ ਰਹਿ ਜਾਏ, ਉੱਥੇ 6 ਮਹੀਨੇ ਵਾਸਤੇ ਉਹਦੇ ਜਰਮ ਰਹਿ ਜਾਂਦੇ ਹਨ। ਜੇ ਕੋਈ ਤੰਦਰੁਸਤ ਆਦਮੀ ਉੱਥੇ ਨਿਵਾਸ ਕਰੇ, ਰਿਹਾਇਸ਼ ਕਰੇ, ਉਸਨੂੰ ਉਹ ਬਿਮਾਰੀ ਲੱਗ ਜਾਣ ਦਾ ਖਤਰਾ ਹੋਇਆ ਕਰਦਾ। ਜਦੋਂ ਦੁਨਿਆਵੀ ਬਿਮਾਰੀਆਂ ਦੀ ਬਾਬਤ ਇਹ ਹਾਲ ਹੈ, ਉਹਨਾਂ ਦੇ ਜਨਮ ਹਾਲਾਂਕਿ ਦੀਂਦੇ ਨਹੀਂ, ਅਤੀ ਸੂਖਮ ਹਨ, ਪਰ ਉੱਥੇ ਰਹਿਣ ਵਾਲਿਆਂ ਦੇ ਕਿਤਨਾ ਗਹਿਰਾ ਅਸਰ ਕਰਨ ਨੂੰ ਸਮਰੱਥ ਹਨ। ਇਸੇ ਤਰ੍ਹਾਂ ਹੀ ਵਾਹਿਗੁਰੂ ਅੰਤਰਯਾਮੀ ਦੀ ਭਜਨ ਕਰਨ ਵਾਲਾ ਪੁਰਸ਼, ਜੋ ਇੱਕ ਮਨ ਹੋ ਕੇ, ਸ਼ਾਂਤ ਚਿੱਤ ਹੋ ਕੇ ਵਾਹਿਗੁਰੂ ਦਾ ਭਜਨ ਕਰਦਾ ਹੈ, ਕਿ ਉਸ ਥਾਂ ਦੇ ਵਿੱਚ ਉਸਦੇ ਸ਼ਾਂਤੀ ਦੇ ਔਰ ਸ਼ੁੱਧੀ ਦੇ ਜਰਮ ਨਿਵਾਸ ਕਰਨਗੇ ਕਿ ਨਾ ਕਰਨਗੇ? ਜ਼ਰੂਰ ਹੀ ਕਰਨਗੇ। ਇਹ ਦੱਸਿਆ ਹੈ, ਜਿੱਥੇ ਇੱਕ ਮਨ ਹੋ ਕੇ ਕੁਛ ਦੇਰ ਕੋਈ ਵਾਹਿਗੁਰੂ ਦਾ ਪਿਆਰਾ, ਵਾਹਿਗੁਰੂ ਦਾ ਭਜਨ ਕਰ ਜਾਏ, ਉੱਥੇ 100 ਸਾਲ ਵਾਸਤੇ ਸ਼ੁੱਧੀ ਔਰ ਸ਼ਾਂਤੀ ਦੇ ਜਨਮ ਦੇ ਨਿਵਾਸ ਕਰ ਜਾਂਦੇ ਹਨ। ਇਸ ਕਰਕੇ ਹੀ ਗੁਰੂ ਅਰਜਨ ਦੇਵ ਮਹਾਰਾਜ ਐਸਾ ਫਰਮਾਉਂਦੇ ਹਨ, ਪਰਮ ਪਿਆਰੇ ਜੀ ਜਿੱਥੇ ਤੇਰਾ ਨਾਮ ਸ਼ੁੱਧ ਵਸਤੂ ਵਾਹਿਗੁਰੂ ਦਾ ਭਜਨ। ਇਸ ਤੋਂ ਉਲਟ ਇਉਂ ਵੀ ਦੱਸਿਆ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸਹੀ ਨਗਰ ਉਜਾੜੀ ਜੀਓ,
ਜਿੱਥੇ ਵਾਹਿਗੁਰੂ ਦਾ ਭਜਨ ਨਹੀਂ ਹੁੰਦਾ, ਰੱਬ ਦੀ ਯਾਦ ਨਹੀਂ, ਉਹ ਭੁੱਖ ਵਸੋਂ ਵੀ ਉਜਾੜ ਰੂਪ ਹੈ। ਦੇਖੋ ਨਾ, ਕਾਸ਼ੀ ਵਿੱਚ ਭਗਤ ਕਬੀਰ ਜੀ ਹੋਏ ਹਨ, ਪ੍ਰਭੂ ਦੇ ਪਰਮ ਭਗਤ ਹੋਏ ਹਨ। ਇੱਕ ਦਫਾ ਕਾਸ਼ੀ ਵਿੱਚ ਬੜਾ ਭਾਰਾ ਮੇਲਾ ਲੱਗਿਆ। ਕੁਝ ਸੱਜਣਾਂ ਨੇ ਆ ਕੇ ਭਗਤ ਕਬੀਰ ਜੀ ਨੂੰ ਕਿਹਾ, ਭਗਤ ਜੀ ਦੇਖੋ ਨਾ, ਸ਼ਹਿਰ ਦੇ ਵਿੱਚ ਜਲਸੇ ਮੁਜਰੇ ਨਾਟਕ ਚੇਟ ਢੋਲ ਢਮੱਕੇ ਕੈਸੇ ਰੰਗ ਤਮਾਸ਼ੇ ਹੋ ਰਹੇ ਹਨ, ਤੁਸੀਂ ਵੀ ਚੱਲ ਕੇ ਵੇਖੋ। ਇਹ ਸੁਣ ਕੇ ਕਬੀਰ ਜੀ ਕਹਿੰਦੇ, ਜਲਸੇ ਮੁਜਰੇ ਨਾਟਕ ਚੇਟ, ਇਹ ਚੀਜ਼ਾਂ ਜਿਹੜੀਆਂ ਹਨ ਸੰਤਾਂ ਭਗਤਾਂ ਦਾ ਵਿਸ਼ਾ ਨਹੀਂ ਹੁੰਦਾ, ਕਿਉਂ ਇਹਨਾਂ ਥਾਵਾਂ ਦੇ ਵਿੱਚ ਮਨ ਖਿੰਡ ਜਾਂਦਾ, ਮੈਲਾ ਹੋ ਜਾਂਦਾ। ਖਿੰਡਿਆ ਔਰ ਮੈਲਾ ਮਨ ਅਸ਼ਾਂਤ ਔਰ ਦੁਖੀ ਹੋਇਆ ਕਰਦਾ। ਇਨਸਾਨ ਸੁੱਖ ਅਤੇ ਸ਼ਾਂਤੀ ਚਾਹੁੰਦਾ ਹੈ, ਉਹ ਮਨ ਦੇ ਸ਼ੁੱਧ ਔਰ ਇਕੱਠਾ ਹੋਣ ਵਿੱਚ ਹੈ। ਮਨ ਦੀ ਸ਼ੁੱਧੀ ਔਰ ਮਨ ਦਾ ਇਕੱਠਾ ਹੋਣਾ ਸਤਸੰਗ ਦੁਆਰਾ ਭਜਨ ਵਿੱਚ ਹੋਇਆ ਕਰਦਾ। ਆਮ ਲੋਕਾਂ ਨੂੰ ਇਸ ਗੱਲ ਦਾ ਪਤਾ ਨਹੀਂ, ਇਸ ਕਰਕੇ ਅਗਿਆਨ ਪੁਰਸ਼ ਅਗਿਆਨੀ ਪੁਰਸ਼ ਬਾਲਕਾਂ ਦੀ ਨਿਆਈ ਇਹਨਾਂ ਢੋਲ ਢਮੱਕਿਆਂ ਜਲਸਿਆਂ ਮੁਜਰਿਆਂ ਨੂੰ ਪਸੰਦ ਕਰਦੇ ਹਨ। ਸੰਤ ਜਿਹੜੇ ਹਨ ਉਹ ਇਹਨਾਂ ਨੂੰ ਪਸੰਦ ਨਹੀਂ ਕਰਦੇ। ਸੰਤਾਂ ਦਾ ਵਿਸ਼ਾ ਸਤਸੰਗ ਹੋਇਆ ਕਰਦਾ। ਜਿੱਥੇ ਸਤਸੰਗ ਹੋਵੇ, ਵਾਹਿਗੁਰੂ ਦਾ ਜਸ ਹੋਵੇ, ਉੱਥੇ ਨੱਠ ਨੱਠ ਜਾਈਏ। ਪਰ ਜੇ ਤੁਸੀਂ ਬਹੁਤ ਮਜਬੂਰ ਕਰਦੇ ਹੋ, ਇੱਕ ਗੱਲ ਨੂੰ ਮੁੱਖ ਰੱਖ ਕੇ ਚੱਲੇ ਆਉਂਦੇ ਹਾਂ, ਉੱਠ ਫਰੀਦਾ ਸੁੱਤਿਆ ਦੁਨੀਆ ਦੇਖਣ ਜਾ, ਕੋਈ ਮਿਲ ਜੇ ਬਖਸ਼ਿਆ ਰੱਬ ਦਾ ਤੂੰ ਵੀ ਬਖਸ਼ਿਆ ਜਾ। ਸ਼ਾਇਦ ਇਹੋ ਜਿਹਾ ਬੰਦਾ ਕੋਈ ਮਿਲ ਜਾਏ, ਕਿਉਂ ਭਗਤ ਕਬੀਰ ਜੀ ਉਹਨਾਂ ਨਾਲ ਉੱਠ ਕੇ ਚੱਲ ਪੈਂਦੇ ਹਨ। ਸਾਰੇ ਸ਼ਹਿਰ ਵਿੱਚ ਫਿਰੇ, ਜਲਸੇ ਮੁਜਰੇ ਨਾਟਕ ਚੇਟਕ ਢੋਲ ਢਮੱਕੇ ਤਾਂ ਥਾਂ ਥਾਂ ਹੋ ਰਹੇ ਸਨ, ਪਰ ਰੱਬ ਦਾ ਪਿਆਰਾ ਉਹਨਾਂ ਨੂੰ ਕੋਈ ਨਹੀਂ ਮਿਲਿਆ। ਵਾਪਸੀ ਵਿੱਚ ਉਹ ਲੋਕ ਕਹਿਣਗੇ, ਦੇਖਿਆ ਭਗਤ ਜੀ ਕਿਤਨੀਆਂ ਰੌਣਕਾਂ ਠੌਣਕਾਂ ਸਨ। ਕਬੀਰ ਜੀ ਕਹਿ, ਤੁਹਾਡੇ ਭਾਅ ਦੀਆਂ ਹੋਣਗੀਆਂ, ਮੇਰੇ ਭਾਅ ਦਾ ਤਾਂ ਉਜਾੜ ਸੀ, ਕਿਉਂ ਮੈਨੂੰ ਕੋਈ ਰੱਬ ਦਾ ਪਿਆਰਾ ਨਹੀਂ ਮਿਲਿਆ। ਉਸ ਮੌਕੇ ਹੀ ਇਹ ਸ਼ਲੋਕ ਉਚਾਰਨ ਕੀਤਾ ਨਾ ਭਗਤ ਕਬੀਰ ਜੀ ਨੇ, ਦਿਸਦਾ ਉਜਾੜ ਹੈ ਰਾਮ ਦੇ ਪਿਆਰੇ
ਕੌਤਕ ਠਾਉ ਠਾਏ ਪਰਿਕਰਾਮ ਸੁਨੇਹੀ ਬਾਹਰਾ ਉੱਜੜ ਮੇਰੇ ਪਾਏ। ਜਿੱਥੇ ਜਿੱਥੇ ਮੈਂ ਫਿਰਿਆ ਕੌਤਕ ਰਾਗ ਰੰਗ ਤਾਂ ਬੜੇ ਹੁੰਦੇ ਸਨ, ਪਰ ਰੱਬ ਦਾ ਪਿਆਰਾ ਮੈਨੂੰ ਕੋਈ ਨਹੀਂ ਮਿਲਿਆ, ਇਸ ਕਰਕੇ ਮੇਰੇ ਪਾਦਾ ਤਾਂ ਉਜਾੜ ਸੀ। ਇਉਂ ਗੁਰੂ ਜੀ ਕਹਿੰਦੇ, ਜਿੱਥੇ ਨਾਮ ਨਾ ਜਪੀ ਮੇਰੇ ਗੋਇੰਦਾ, ਸਹੀ ਨਗਰ ਉਜਾੜੀ ਜੀਓ, ਸੰਤਨ ਕੀ ਚੁਗਿਆ ਭਲੀ, ਪਟਕ ਸੱਤੀ ਗਾਂ, ਆਗ ਲਗੇ ਤੈਂ ਧੌਲ ਹਰ ਜੈ ਨਾਹੀਂ ਹਰ ਕੋ ਨਾ। ਬਾਣੀ ਤਾਂ ਇਉਂ ਦੱਸਦੀ ਹੈ। ਆਹ ਉਸ ਮੁੱਖ ਨੂੰ, ਉਸ ਜ਼ਬਾਨ ਨੂੰ ਵੀ ਪਵਿੱਤਰ ਕਹਿੰਦੇ ਹਨ ਜਿਹਦੇ ਨਾਲ ਵਾਹਿਗੁਰੂ ਦਾ ਭਜਨ ਹੋਵੇ, ਇਉਂ ਫਰਮਾਉਂਦੇ ਹੈ। ਜਿਹੜਾ ਸਤਨਾਮ ਸਤਨਾਮ ਜਪਦਾ ਤਨ ਹੈ। ਜੈ ਮੁਖ ਕਹੀਏ ਰਾਮ, ਦੇਹੀ ਕਿਸ਼ਕੀ ਬਾਪਰੀ ਪਵਿੱਤਰ ਹੋਏ ਗੋ ਗ੍ਰਾਮ। ਉਹ ਮੁਖ ਧਨਤਾ ਯੋਗ ਅਤੇ ਪਵਿੱਤਰ ਹੈ, ਜਿਸ ਨਾਲ ਵਾਹਿਗੁਰੂ ਦਾ ਜਸ ਹੋਵੇ, ਵਾਹਿਗੁਰੂ ਦਾ ਭਜਨ ਹੋਵੇ। ਫਿਰ ਕਹਿਣ ਲੱਗੇ, ਜੀ ਭਜਨ ਕੀਤਿਆਂ ਦੇਹ ਪਵਿੱਤਰ ਹੋ ਸਕਦੀ ਹੈ ਕਿ ਨਹੀਂ? ਉਹ ਕਹਿੰਦੇ, ਦੇਹ ਕਿਸਦੀ ਵਿਚਾਰੀਏ ਪਵਿੱਤਰ ਨਾ ਹੋਵੇ, ਪਵਿੱਤਰ ਹੋਏ ਗੋ ਗ੍ਰਾਮ। ਗ੍ਰਾਮ ਪਵਿੱਤਰ ਹੋ ਜਾਂਦਾ, ਕੁਲਾਂ ਪਵਿੱਤਰ ਹੋ ਜਾਂਦੀਆਂ। ਗੁਰਮੁਖ ਇੱਕੀ ਕੁਲਾਂ ਉਧਾਰਾ ਹੈ, ਗੁਰਮੁਖ ਦੀਆਂ ਇੱਕੀ ਕੁਲਾਂ ਤਰ ਜਾਂਦੀਆਂ। ਇੱਕ ਥਾਂ ਦੱਸਿਆ, 101 ਕੁਲ ਤਰਦੀ ਹੈ ਬ੍ਰਹਮਵੇਤੇ ਦੀ ਭਜਨ ਕਰਦਾ ਕਰਦਾ। ਜੋ ਆਖਰੀ ਸਟੇਜ ਭਜਨ ਦੀ ਵਾਹਿਗੁਰੂ ਦਾ ਮਿਲਾਪ ਹੈ, ਉੱਥੇ ਪਹੁੰਚ ਜਾਂਦਾ ਹੈ, ਉਹਨਾਂ ਦੀਆਂ 101 ਕੁਲਾਂ ਇਉਂ ਤਰਦੀਆਂ। ਪਿਤਾ ਪਾਛੇ 24, 20 ਮਾਤਾ ਕੇ ਜਾਣੋ, ਖੋੜ ਸਤਰੀ ਪ੍ਰਮਾਣ, ਮਾਸ ਪੁੱਤਰੀ ਕੇ ਮਾਨੋ, ਦਵਾਦਸ਼ ਕੁਲ ਭੈਣ, 10 ਭੂਆ ਕੇ ਲੇਖੇ, ਸਾਧ ਕੁਲ ਮਾਤ ਭੈਣ, ਸੁਰਤ ਸਿਮਰਤ ਕਰ ਲੇਖੇ, ਤਤਵੇ ਤਾਤਰੀ ਕਾਲ ਮੇਂ ਕਰ ਵਿਚਾਰ ਐਸੇ ਕਿਹੋ, ਭਗਤ ਹੋ ਤਾਂ ਜਿਸ ਵੰਸ਼ ਮੈਂ 101 ਕੁਲ ਉਧਰੇ ਹੋ। 101 ਕੁਲ ਇਉਂ ਤਰ ਜਾਂਦੀ ਹੈ। ਕਿਵੇਂ? ਪਿਤਾ ਪਾਛੇ 24, ਦਾਦਕੇ ਘਰ ਦੀਆਂ 24 ਕੁਲਾਂ ਤਰਦੀਆਂ ਹਨ, 20 ਮਾਤਾ ਕੇ ਜਾਨ, 20 ਕੁਲਾਂ ਨਾਨਕੇ ਘਰ ਦੀਆਂ ਤਰਦੀਆਂ ਹਨ, ਖੋੜ ਸਤਰੀਆ ਪ੍ਰਮਾਣ, 16 ਕੁਲਾਂ ਸਹੁਰੇ ਘਰ ਦੀਆਂ ਤਰਦੀਆਂ ਹਨ, ਮਾਸ ਪੁੱਤਰੀ ਕੇ ਮਾਨੋ, 12 ਕੁਲਾਂ ਜਿਸ ਘਰ ਵਿੱਚ ਲੜਕੀ ਹੋਵੇ, ਦੁਆਦਸ਼ ਕੁਲ ਭੈਣ, 10 ਕੁਲਾਂ ਜਿਸ ਘਰ ਵਿੱਚ ਭੈਣ ਹੋਵੇ, 10 ਭੂਆ ਕੇ ਲੇਖੇ, 10 ਕੁਲਾਂ ਜਿਸ ਘਰ ਵਿੱਚ ਪਿਤਾ ਦੀ ਭੈਣ ਹੋਵੇ, ਸਾਧ ਕੁਲ ਮਾਤ ਭੈਣ, 7 ਕੁਲਾਂ ਮਾਤਾ ਦੀ ਭੈਣ ਮਾਸੀ, ਇਹਨਾਂ ਦੀਆਂ ਵੀ ਤਰ ਜਾਂਦੀਆਂ। ਇਹਨਾਂ ਨੂੰ ਜੇਕਰ ਜਮ੍ਹਾਂ ਕੀਤਾ ਜਾਏ ਤਾਂ 101 ਬਣ ਜਾਂਦੀ ਹੈ। ਇਉਂ ਕਹਿੰਦੇ, ਤਤਵੇ ਤਾਂ ਤ੍ਰਿਕਾਲਵੇਂ ਕਰ ਵਿਚਾਰ ਐਸੇ ਕਿਹੋ। ਤਤਵੇ ਤਾਂ ਤ੍ਰਿਕਾਲੀ ਮਹਾਤਮਾ ਨੇ, ਤ੍ਰਿਕਾਲੀ ਉਹਨੂੰ ਕਹਿੰਦੇ ਹਨ ਜਿਹਨੂੰ ਭੂਤ ਭਵਿੱਖ ਵਰਤਮਾਨ ਦੀ ਖਬਰ ਹੋਵੇ।
ਜੋ ਹੋ ਚੁੱਕਿਆ, ਜੋ ਹੋ ਰਿਹਾ, ਜੋ ਹੋਵੇਗਾ ਸੰਸਾਰ ਵਿੱਚ, ਸਭ ਪਤਾ ਹੋਵੇ, ਉਸਨੂੰ ਤਰਕਾਲੀ ਕਹਿੰਦੇ ਹਨ। ਤਰਕਾਲੀ ਮਹਾਤਮਾ ਨੇ ਆਪਣੇ ਅਨੁਭਵ 'ਤੇ ਵਿਚਾਰ ਕੇ ਇਹ ਕਿਹਾ ਹੈ, ਭਗਤ ਹੋ ਤਾਂ ਜਿਸ ਵੰਸ਼ ਮੈਂ ਇੱਕ ਛੱਤ ਇੱਕ ਕੁਲ ਉਧਰੇ, ਜਿਸ ਕੁਲ ਦੇ ਵਿੱਚ ਇੱਕ ਭਗਤ ਪੈਦਾ ਹੋ ਗਿਆ, ਉਹਦੀ 101 ਕੁਲ ਤਰ ਜਾਂਦੀ ਹੈ। ਤਦੇ ਕਬੀਰ ਜੀ ਕਹਿੰਦੇ, ਕਬੀਰ ਸਹੀ ਕੁਲ ਭਲੀ, ਜੇ ਕੁਲ ਹਰ ਕੋ ਦਾਸ, ਜੇ ਕੁਲ ਦਾਸ ਨਾ ਉਪਜੈ, ਸੋ ਕੁਲ ਢਾਕ ਪਲਾਸ। ਉਸ ਕਲ ਕੁਲ ਨੂੰ ਵਿਅਰਥ ਮੰਨਿਆ, ਜਿਹਦੇ ਵਿੱਚ ਕੋਈ ਰੱਬ ਦੀ ਬੰਦਗੀ ਕਰਨ ਵਾਲਾ ਪੈਦਾ ਨਹੀਂ ਹੋਇਆ, ਤਾਂ ਤਾਂ ਉਹ ਮੁੱਖ ਪਵਿੱਤਰ ਅਤੇ ਧੰਨਤਾ ਯੋਗ ਹੈ। ਜਿਹੜਾ ਸਤਨਾਮ ਸਤਨਾਮ ਜਪਦਾ ਧੰਨ ਹੈ, ਭਜਨ ਹੋਵੇ। ਪਰ ਇਸ ਤੋਂ ਉਲਟ ਇਉਂ ਵੀ ਦੱਸਿਆ ਹੈ, ਸਹੀ ਮੁੱਖ ਡਰਾਵਣੇ ਜਿਨ੍ਹਾਂ ਵਸਾਰਿਓ ਨਾ, ਇੱਥੇ ਦੁੱਖ ਘਨੇਰਿਆ ਅੱਗੇ ਠੌਰ ਨਾ ਠਾਂ। ਉਹ ਮੁੱਖ ਵੱਜੇ ਹਨ, ਡਰਾਉਣੇ ਹਨ, ਜਿਨ੍ਹਾਂ ਰੱਬ ਦਾ ਭਜਨ ਵਸਾਰ ਦਿੱਤਾ ਹੈ, ਇੱਥੇ ਬੜੇ ਦੁੱਖ ਝੱਲਣੇ ਪੈਂਦੇ ਹਨ। ਮਰਨ ਤੋਂ ਬਾਅਦ ਉਹ ਅਨੇਕਾਂ ਨਿਸ਼ਿਧ ਜੋਨੀਆਂ ਵਿੱਚ ਫਿਰਨਾ ਪੈਂਦਾ, ਇਉਂ ਕਹਿੰਦੇ ਹਨ। ਬਿਨਾ ਨਾਮ ਤੋਂ ਡਰਾਉਣਾ ਤੇਰਾ ਮੁਖੜਾ, we'll be right back.
ਇੱਥੇ ਦੁੱਖ ਘਨੇਰਿਆ ਅੱਗੇ ਠੌਰ ਨਾ ਠੌਰ। ਵੀਰ ਜੀ ਕਾਸ਼ੀ ਵਿੱਚ ਇੱਕ ਨਾਸਤਕ ਉੱਪਰੋਂ ਲਿਬਾਸ ਤਾਂ ਉਹਦੇ ਭਗਵਾਨ ਸਾਧੂਆਂ ਵਾਲਾ, ਲੇਕਿਨ ਨਾਸਤਕ ਬੰਦਾ ਸੀ, ਰੱਬ ਦੀ ਹਸਤੀ ਤੋਂ ਮੁਨਕਰ ਸੀ, ਕਿਸੇ ਜ਼ਿਮੀਂਦਾਰ ਦੇ ਘਰ ਰਹਿੰਦਾ ਸੀ, ਖਾਂਦਾ ਪੀਂਦਾ ਬਸ ਰੱਬ ਦੀ ਬਾਬਤ, ਤਾਂ ਜੇ ਕੋਈ ਕਹਿੰਦਾ ਉਲਟਾ ਨੁਕਤਾਚੀਨੀ ਅਤੇ ਕ੍ਰਿਟੀਸਾਈਜ਼ ਹੀ ਜਾਣਦਾ ਸੀ, ਹੋਰ ਕੁਛ ਨਹੀਂ। ਕਬੀਰ ਜੀ ਨੇ ਕਈ ਦਫ਼ਾ ਉਸ ਨੂੰ ਕਹਿਣਾ, ਬਾਬਾ ਭਜਨ ਕਰਿਆ ਕਰ, ਤੇਰਾ ਵੀ ਭਲਾ ਹੋ ਜਾਏਗਾ, ਜਿਸ ਦਾ ਖਨ ਹੈ ਉਸਦਾ ਵੀ ਭਲਾ ਹੋ ਜਾਏਗਾ, ਅਗਰ ਤੂੰ ਭਜਨ ਨਹੀਂ ਕਰੇਗਾ ਤੈਨੂੰ ਵੀ ਦੁੱਖ ਅਤੇ ਇਹਨੂੰ ਵੀ ਦੁੱਖ। ਇਉਂ ਕਬੀਰ ਜੀ ਨੇ ਕਈ ਦਫ਼ਾ ਸਮਝਾਉਣਾ ਪਰ ਉਸਨੇ ਇੱਕ ਨਹੀਂ ਮੰਨੀ। ਅਖੀਰ ਸਮਾਂ ਤੁਰਿਆ ਹੀ ਜਾਂਦਾ ਹੈ, ਛਿਨ ਛਿਨ ਕਰਕੇ ਉਮਰ ਬੀਤਦੀ ਜਾਂਦੀ ਹੈ। ਸਾਧ ਸਿੰਘ ਪਤਾ ਉਮਰ ਦੀ ਕਿਹੋ ਜਿਹੀ ਅਵਸਥਾ ਹੈ, ਮਾਈ ਮਾਇਆ ਛਲ ਤ੍ਰਿਣ ਕੀ ਅਗਨ ਮੇਹ ਕੀ ਛਾਇਆ, ਹਰ ਕੇ ਭਜਨ ਬਿਨ ਜੈਸੇ ਹੜਕਾ ਜਾ। ਹਾਂ, ਜਿਹੜੀ ਮਾਇਆ ਹੈ, ਉਮਰ ਮਾਇਆ ਰੂਪ ਹੈ, ਛਲ ਰੂਪ ਹੈ। ਜਿਵੇਂ ਫੂਸ ਦੀ ਅੱਗ ਥੋੜ੍ਹਾ ਚਿਰ ਵਾਸਤੇ ਹੁੰਦੀ ਹੈ, ਤ੍ਰਿਣ ਕੀ ਅਗਨ ਮੇਹ ਕੀ ਛਾਇਆ ਬੱਦਲਾਂ ਦੀ ਛਾਂ, ਔਰ ਹੜ੍ਹ ਦਾ ਜਲ ਥੋੜ੍ਹਾ ਚਿਰ ਵਾਸਤੇ ਆਇਆ ਅਤੇ ਲੰਘ ਗਿਆ। ਇਸੀ ਤਰ੍ਹਾਂ ਉਮਰ ਜਿਹੜੀ ਹੈ, ਬਚਪਨ ਨੂੰ ਜਵਾਨੀ ਖਾ ਜਾਂਦੀ ਹੈ, ਜਵਾਨੀ ਨੂੰ ਬੁਢਾਪਾ, ਅਖੀਰ ਮੌਤ ਦੇ ਵਸ ਪੈਂਦਾ ਹੈ ਇਹ ਜੀਵ। ਹਰ ਇੱਕ ਨੇ ਹੀ ਮੌਤ ਦੇ ਵਸ ਪੈਣਾ ਹੈ, ਇਸ ਕਰਕੇ ਇਸ ਨੂੰ ਛਲ ਰੂਪ ਦੱਸਿਆ ਹੈ। ਛਲ ਹੈ ਛਲ ਹੈ ਛਲ ਹੈ ਮਾਇਆ ਛਲ ਹੈ। ਕਰਕੇ ਔਦ ਬੀਤ ਜਾਂਦੀ ਹੈ। ਚੇਤਨਾ ਹੈ ਤੋ ਚੇਤਲਾ ਨਿਸ਼ਦਿਨ ਮੈਂ ਪ੍ਰਾਣੀ, ਛਿਨ ਛਿਨੀ ਔਦ ਵਿਹਾਤ ਹੈ ਫੁੱਟੇ ਘੱਟ ਜੂ ਪ੍ਰਾਣੀ। ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਂਗਾ ਪਰ ਹੈ ਤਬਕਤ ਮੂੰਡ ਲੁਕਈ ਹੈ, ਹਰ ਬਿਨ ਬੈਲ ਬਰਾਨੇ ਹੋਈ ਹੈ, ਫਾਟੀ ਨਾਕਨ ਟੂਟੇ ਕਾਂਧਨ ਕੋਦੋ ਕੋ ਫੁਸਕਈ ਹੈ, ਸਾਰੋ ਦਿਨ ਡੋਲਤ ਬਨ ਮਹੀ ਅਜੋ ਨ ਪੇਟ ਅਗਈ ਹੈ, ਤਿੰਨ ਭਗਤਨ ਕੋ ਕਹਿਓ ਨਾ ਮਾਨਿਓ ਕਿ ਉਹ ਆਪਣੋ ਪਈ ਹੈ। ਇਉਂ ਉਸ ਮੌਕੇ ਕਬੀਰ ਜੀ ਕਹਿੰਦੇ, ਜਿਸ ਵਕਤ ਤੈਨੂੰ ਸਮਝਾਈਂਦਾ ਸੀ ਭਜਨ ਕਰ, ਭਜਨ ਕਰਨ ਦਾ ਮੌਕਾ ਮਾਨੁੱਖ ਦੇ ਹੀ ਹੈ,
ਹੋਰ ਕਿਸੇ ਯੋਨੀ ਵਿੱਚ ਭਜਨ ਨਹੀਂ ਹੋ ਸਕਦਾ। ਇਸ ਕਰਕੇ ਉਸ ਵਕਤ ਤਾਂ ਇੱਕ ਨਾ ਮੰਨੀ, ਪਰ ਹੁਣ ਜਦੋਂ ਕਰਮਾਂ ਦਾ ਫਲ ਭੁਗਤਣਾ ਪੈਂਦਾ ਹੈ, ਕਦੇ ਮੂੰਹ ਲੁਕਾਉਣਾ ਹੈ, ਕਦੇ ਸਿਰ ਲੁਕਾਉਣਾ, ਹੁਣ ਆਪਣੇ ਕਰਮਾਂ ਦਾ ਫਲ ਭੁਗਤ, ਇਹਦਾ ਖਾਂਦਾ ਰਹਿਆਂ, ਇਹਦਾ ਫਲ ਦੇ, ਤਕੜਾ ਹੋ ਕੇ ਚੱਲ, ਕਮਾ ਕੇ ਖਵਾ ਇਹਨਾਂ ਨੂੰ। ਇਉਂ ਸਾਧ ਸੰਗਤ ਇੱਥੇ ਦੁੱਖ ਘਨੇਰਿਆ, ਭਜਨ ਤੋਂ ਬਿਨਾਂ ਅੱਗੇ ਠਾਉਰ ਨਾ ਠਾਉਰ। ਉਹ ਮੂੰਹ ਡਰਾਉਣੇ ਤਾਂ ਕੁਝ ਹੀ ਹਨ ਜਿਨ੍ਹਾਂ ਰੱਬ ਦਾ ਭਜਨ ਵਿਸਾਰ ਦਿੱਤਾ। ਪਾਨ ਸੁਪਾਰੀਆਂ ਖਾਧੀਆਂ, ਮੁੱਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤੇ ਉਹ ਜੰਮ ਪਕੜ ਚਲਾਈਆਂ, ਇਹ ਹਾਲਤ ਹੁੰਦੀ ਹੈ। ਆਓ ਖਿਆਲ ਕਰੋ, ਇਉਂ ਗੁਰੂ ਬਾਬਾ ਜੀ ਨੇ ਵਾਰ ਵਾਰ ਸ਼ਬਦ ਦਾ ਉਚਾਰਨ ਕੀਤਾ। ਤੂੰ ਤੂੰ ਮੋਹਨਾ, ਤੂੰ ਸਮਾਪਤੀ ਹੋਈ। ਮਰਦਾਨੇ ਨੇ ਰਬਾਬ ਰੱਖ ਦਿੱਤਾ, ਸਾਹਮਣੇ ਨਿਗਾਹ ਗਈ, ਕੀ ਦੇਖਿਆ? ਇੱਕ ਮੁਰਦਾ ਪਿਆ ਹੋਇਆ, ਸਰੀਰ ਵਿੱਚੋਂ ਸੂਖਸ਼ਮ ਸੀਰ ਦੇ ਸਹਿਜ ਜਦੋਂ ਚੇਤਨ ਕਲਾ ਨਿਕਲ ਜਾਂਦੀ ਹੈ, ਉਪਰਲਾ ਸਰੀਰ ਜਿਸਨੂੰ ਅਸਥੂਲ ਸਰੀਰ ਕਹਿੰਦੇ ਹਨ, ਜਿਸ ਨੂੰ ਕਹਿੰਦੇ ਮਰ ਗਿਆ, ਇਸ ਨੂੰ ਕੋਈ ਦੱਬ ਦਿੰਦਾ, ਕੋਈ ਫੂਕ ਦਿੰਦਾ ਹੈ, ਕਈਆਂ ਨੂੰ ਕਾਂ ਕੁੱਤੇ ਖਾ ਜਾਂਦੇ ਹਨ, ਇਹਦੀ ਇਹੋ ਜਿਹੀ ਦਿਸ਼ਾ ਹੋ ਜਾਂਦੀ ਹੈ। ਮੁਰਦਾ ਪਿਆ, ਮੁਰਦੇ ਵੱਲ ਇੱਕ ਤਾਮਸੀ ਜੋਨੀ ਦਾ ਜਾਨਵਰ ਬਘਿਆੜ ਆ ਰਿਹਾ, ਜਿਸਦਾ ਸਰੀਰ ਬੜਾ ਦੁਬਲਾ ਕਿਰਸ਼, ਲੱਕਾਂ ਲੱਗਿਆ, ਪਸਲੀਆਂ ਨਿਕਲੀਆਂ, ਦੇਖਣ ਮਾਤਰ ਤੋਂ ਪ੍ਰਤੀਤ ਹੁੰਦਾ ਬੜਾ ਭੁੱਖਾ ਹੋਣਾ ਹੈ। ਉਸ ਮੁਰਦੇ ਦੇ ਚਾਰ ਚੁਫੇਰੇ ਆ ਕੇ ਫਿਰਿਆ, ਖਾਧਾ ਨਹੀਂ, ਵਾਪਸ ਮੁੜ ਗਿਆ, ਦੋ ਚਾਰ ਕਦਮ ਜਾ ਕੇ ਫਿਰ ਮੁੜਿਆ ਆਇਆ, ਆ ਕੇ ਫਿਰ ਉਸ ਮੁਰਦੇ ਨੂੰ ਪੈਰਾਂ ਤੋਂ ਸ਼ੁਰੂ ਕਰਕੇ ਸਿਰ ਤੱਕ ਇਕੱਲੇ ਇਕੱਲੇ ਅੰਗ ਨੂੰ ਸੁੰਘਿਆ, ਫਿਰ ਨਹੀਂ ਖਾਧਾ, ਫਿਰ ਮੁੜ ਗਿਆ। ਮੁੜਿਆ ਜਾਂਦਾ ਵੇਖ ਕੇ ਮਰਦਾਨਾ, ਕਿਉਂਕਿ ਗੁਰੂ ਬਾਬਾ ਜੀ ਦੀ ਉਸ ਤਰਫ ਪਿੱਠ ਸੀ, ਮਰਦਾਨੇ ਦਾ ਮੂੰਹ ਸੀ, ਸੋ ਦੇਖ ਕੇ ਮਰਦਾਨੇ ਦੇ ਚਿੱਤ ਵਿੱਚ ਸ਼ੰਕਾ ਪੈਦਾ ਹੋਇਆ, ਅਰਜ਼ ਕੀਤੀ ਦੋਵੇਂ ਹੱਥ ਜੋੜ ਕੇ ਗੁਰੂ ਬਾਬੇ ਅੱਗੇ, ਗਰੀਬ ਨਵਾਜ਼, ਆਪਦੇ ਪਿਛਲੇ ਪਾਸੇ ਇੱਕ ਦ੍ਰਿਸ਼ ਦੇਖਿਆ ਜਿਹਨੂੰ ਦੇਖ ਕੇ ਮੇਰੇ ਚਿੱਤ ਵਿੱਚ ਸ਼ੰਕਾ ਪੈਦਾ ਹੋ ਗਿਆ, ਉਹ ਮੁਰਦਾ ਪਿਆ ਹੋਇਆ, ਬਘਿਆੜ ਤਾਮਸੀ ਜੋਨੀ ਦਾ ਜਾਨਵਰ ਹੈ, ਜਿਸ ਦੀ ਖੁਰਾਕ ਰੱਬ ਨੇ ਕੁਦਰਤੀ ਮਾਂਸ ਬਣਾਇਆ। ਉਸ ਮੁਰਦੇ ਦੇ ਪਹਿਲੇ ਚਾਰ ਸਵੇਰੇ ਫਿਰ ਕੇ ਮੁੜ ਗਿਆ, ਉਸਨੂੰ ਨਹੀਂ ਖਾਧਾ, ਦੁਬਾਰਾ ਆਇਆ,
ਪੈਰਾਂ ਤੋਂ ਲਾ ਕੇ ਸਿਰ ਤੱਕ ਸਾਰੇ ਅੰਗਾਂ ਨੂੰ ਸੁੰਘ ਕੇ ਫਿਰ ਮੁੜਿਆ ਜਾ ਰਿਹਾ। ਹਾਲਾਂਕਿ ਉਸਦਾ ਸਰੀਰ ਬੜਾ ਦੁਬਲਾ, ਕਿਰਸ਼ 'ਤੇ ਲੱਕਾਂ ਲੱਗਿਆ, ਪਸਲੀਆਂ ਨਿਕਲੀਆਂ, ਭੁੱਖਾ ਪ੍ਰਤੀਤ ਹੁੰਦਾ। ਇਸ ਗੱਲ ਵਿੱਚ ਕੀ ਭੇਦ ਹੈ? ਆਪਣੇ ਤਰਜਾਮੀ ਤਰਕਾਲੀ ਸਰਬੱਗ ਕਿਰਪਾ ਕਰਕੇ ਦੱਸੋ। ਇਹ ਬਚਨ ਸੁਣ ਕੇ ਗੁਰੂ ਬਾਬਾ ਜੀ ਨੇ ਫਰਮਾਇਆ, ਮਰਦਾਨਿਆਂ, ਤੇਰੇ ਸ਼ੰਕੇ ਦਾ ਸਮਾਧਾਨ ਬੜੀ ਆਸਾਨੀ ਨਾਲ ਹੋ ਸਕਦਾ ਹੈ। ਬਿਹਤਰ ਹੈ ਉਸ ਬਘਿਆੜ ਨੂੰ ਬੁਲਾਵੇਂ, ਉਹਦੀ ਜ਼ਬਾਨੀ ਸੁਣੀ ਤਾਂ ਚੰਗੀ ਗੱਲ ਹੈ। ਬਘਿਆੜ ਨੂੰ ਬੁਲਾਇਆ, ਗੁਰੂ ਬਾਬੇ ਦੇ ਹੁਕਮ ਤੋਂ ਭਲਾ ਤਿੰਨਾਂ ਲੋਕਾਂ 14 ਭਵਨਾਂ ਵਿੱਚ ਕਿਹੜੀ ਚੀਜ਼ ਬਾਹਰ? ਮੁੜੀ ਆਇਆ, ਆ ਕੇ ਸਿਰ ਨਵਾ ਕੇ ਬੈਠ ਗਿਆ। ਹੁਕਮ ਹੋਇਆ, ਮਰਦਾਨਾ ਪੁੱਛ। ਮਰਦਾਨਾ ਕਹਿਣ ਲੱਗਿਆ, ਤੇਰਾ ਸਰੀਰ ਦੁਬਲਾ ਹੈ, ਕਿਰਸ਼ ਹੈ, ਲੱਕਾ ਲੱਗਿਆ, ਪਸਲੀਆਂ ਨਿਕਲੀਆਂ, ਭੁੱਖਾ ਪ੍ਰਤੀਤ ਹੁੰਦਾ ਹੈ, ਤਾਂ ਸੀ ਜੋਨੀ ਦਾ ਜਾਨਵਰ ਹੈ। ਕੁਦਰਤ ਵੱਲੋਂ ਤੇਰੀ ਖੁਰਾਕ ਹੀ ਮਾਂਸ ਬਣਿਆ ਹੈ, ਉਹ ਮੁਰਦਾ ਤੇਰੀ ਖੁਰਾਕ ਸੀ। ਪਹਿਲੇ ਉਸਦੇ 4 ਸਵੇਰੇ ਫਿਰ ਕੇ ਮੁੜ ਗਿਆ, ਨਹੀਂ ਖਾਧਾ। ਦੁਬਾਰਾ ਮੁੜ ਕੇ ਆਇਆ, ਪੈਰਾਂ ਤੋਂ ਲਾ ਕੇ ਸਿਰ ਤੱਕ ਸੁੰਘਿਆ, ਨਹੀਂ ਖਾਧਾ। ਇਸ ਗੱਲ ਵਿੱਚ ਕੀ ਭੇਦ ਹੈ? ਖੋਲ੍ਹ ਕੇ ਦੱਸ। ਭਾਵੇਂ ਜਾਨਵਰ ਆਪਣੀ ਆਪਣੀ ਬੋਲੀ ਵਿੱਚ ਬੋਲਦੇ ਹਨ, ਪਰ ਇੱਥੇ ਲੋੜ ਸੀ ਮਰਦਾਨੇ ਨੂੰ ਮਨੁੱਖੀ ਬੋਲੀ ਵਿੱਚ ਬੋਲ ਕੇ ਸਮਝਾਉਣ ਦੀ। ਜਿਸ ਵਕਤ ਮਰਦਾਨੇ ਨੇ ਸਵਾਲ ਕੀਤਾ, ਗੁਰੂ ਬਾਬਾ ਜੀ ਦੀ ਕਿਰਪਾ ਕਰਕੇ ਉਸ ਬਘਿਆੜ ਨੂੰ ਮਨੁੱਖੀ ਬੋਲੀ ਬੋਲਣ ਵਿੱਚ ਇਉਂ ਤਾਕਤ ਆਈ ਜਿਵੇਂ 8ਵੇਂ ਗੁਰੂ ਨਾਨਕ ਨੇ ਉਸ ਗੂੰਗੇ ਨੂੰ ਗਿਆਨ ਕਰਨ ਦੀ ਤਾਕਤ ਬਖਸ਼ੀ ਸੀ ਪੰਜੋਖਰੇ ਵਿੱਚ। ਸਵਯੰ ਬਘਿਆੜ ਕਹਿੰਦਾ, ਭਾਈ ਮਰਦਾਨਾ, ਮੈਂ 8 ਦਿਨ ਦਾ ਭੁੱਖਾ ਹਾਂ, 8 ਦਿਨ ਹੋ ਗਏ ਮੈਨੂੰ ਕੁਛ ਖਾਣ ਵਾਸਤੇ ਨਹੀਂ ਮਿਲਿਆ। ਤੂੰ ਜਾਣਦਾ ਹੀ ਹੈ 8 ਦਿਨ ਦੀ ਭੁੱਖ ਕਿਸੇ ਵਾਸਤੇ ਕਿਤਨੀ ਦੁਖਦਾਈ ਹੁੰਦੀ ਹੈ, ਫਿਰ ਤਾਮਸੀ ਜੋਨੀ ਦੇ ਜਾਨਵਰਾਂ ਵਾਸਤੇ ਤਾਂ ਬਹੁਤ ਹੀ ਦੁਖਦਾਈ ਹੁੰਦੀ ਹੈ। ਜਿਸ ਵਕਤ ਤੂੰ ਰਬਾਬ ਵਜਾਉਂਦਾ ਸੀ, ਗੁਰੂ ਬਾਬਾ ਜੀ ਦੇ ਪਵਿੱਤਰ ਗਲੇ ਤੋਂ ਸ਼ਬਦ ਦਾ ਉਚਾਰਨ ਹੁੰਦਾ ਸੀ, ਮੈਂ ਇਸ ਮੁਰਦੇ ਨੂੰ ਵੇਖਿਆ। ਚਿੱਤ ਵਿੱਚ ਬੜੀ ਖੁਸ਼ੀ ਹੋਈ ਵੀ ਖਾ ਕੇ 8 ਦਿਨ ਦੀ ਭੁੱਖ ਦੂਰ ਕਰੂੰਗਾ, ਪਰ ਸ਼ਬਦ ਮੇਰੇ ਕੰਨ ਦੁਆਰਾ ਉਹ ਹਿਰਦੇ ਵਿੱਚ ਪਹੁੰਚਿਆ, ਮੇਰੇ ਹਿਰਦੇ ਨੂੰ ਸ਼ੁੱਧ ਅਤੇ ਪਵਿੱਤਰ ਕਰ ਗਿਆ, ਜਿਸ ਦੁਆਰਾ ਮੈਨੂੰ ਇਤਨਾ ਇਲਮ ਹੋ ਗਿਆ, ਇਤਨਾ ਗਿਆਨ ਹੋ ਗਿਆ, ਇਤਨੀ ਸਮਝ ਆ ਗਈ, ਇਹ ਮੁਰਦਾ ਆਪਣੀ ਜ਼ਿੰਦਗੀ ਵਿੱਚ ਕਿਹੋ ਜਿਹਾ ਸੀ? ਨਾਸਤਕ ਜਾਂ ਕਿ ਆਸਤਕ? ਰੱਬ ਦੀ ਹਸਤੀ ਤੋਂ ਮੁਨਕਰ ਨੂੰ ਨਾਸਤਕ ਕਹਿੰਦੇ ਹਨ, ਰੱਬ ਦੀ ਹਸਤੀ 'ਤੇ ਵਿਸ਼ਵਾਸ ਰੱਖਣ ਵਾਲੇ ਨੂੰ ਆਸਤਕ ਕਹਿੰਦੇ ਹਨ। ਸੋ ਭਾਈ ਮਰਦਾਨਾ, ਇਹ ਮੁਰਦਾ ਆਪਣੀ ਜ਼ਿੰਦਗੀ 'ਚ ਨਾਸਤਕ ਰਿਹਾ ਹੈ। ਨਾਸਤਕ ਤਾਂ ਸਾਰੇ ਪਾਪਾਂ ਦੀ ਮਾਂ ਹੈ, ਇਸ ਕਰਕੇ ਸੋਚਿਆ ਜੇ ਪਾਪੀ ਪੁਰਸ਼ ਦਾ ਮਾਸ ਨਹੀਂ ਖਾਣਾ ਚਾਹੀਦਾ। ਪਹਿਲੇ ਹੀ ਪਿਛਲੇ ਪਾਪ ਕਰਮਾਂ ਦਾ ਫਲ ਤਾਮਸੀ ਜੋਨੀ ਬਘਿਆੜ ਜੋਨੀ ਵਿੱਚ ਫਿਰ ਰਿਹਾ ਹਾਂ। ਜੇਕਰ ਹਜੇ ਪਾਪੀ ਪੁਰਸ਼ ਦਾ ਮਾਸ ਖਾ ਲਿਆ, ਮੇਰੇ ਵਾਸਤੇ ਇਦੋਂ ਵੀ ਨਿਸ਼ਿਧ ਜੋਨੀ ਨਾ ਕਿਤੇ ਪ੍ਰਾਪਤ ਹੋਵੇ, ਇਹ ਜਾਣ ਕੇ ਛੋੜ ਦਿੱਤਾ। ਫਿਰ ਚੂੰਕਿ ਭੁੱਖ ਡਾਢੀ ਲੱਗੀ ਸੀ, ਇਸ ਕਰਕੇ ਮੈਂ ਦੁਬਾਰਾ ਮੁੜ ਕੇ ਆਇਆ, ਪੈਰਾਂ ਤੋਂ ਲਾ ਕੇ ਸਿਰ ਤੱਕ ਇਕੱਲੇ ਇਕੱਲੇ ਅੰਗ ਨੂੰ ਸੁੰਘਿਆ ਵੀ ਸ਼ਾਇਦ ਕੋਈ ਅੰਗ ਪਵਿੱਤਰ ਹੋਵੇ, ਪੈਰਾਂ ਨਾਲ ਚੱਲ ਕੇ ਕਿਤੇ ਸਤਸੰਗ ਵੀ ਚਲਾ ਗਿਆ ਹੋਵੇ, ਹੱਥੀ ਕੋਈ ਟਹਿਲ ਸੇਵਾ ਦਾਨ ਆਦਿ ਹੋ ਗਿਆ ਹੋਵੇ, ਨੇਤਰਾਂ ਕਰਕੇ ਕਿਸੇ ਮਹਾਂਪੁਰਖ ਦੇ ਗੁਰੂ ਦੇ ਦਰਸ਼ਨ ਕਰ ਲਏ ਹੋਣ, ਕੰਨਾਂ ਕਰਕੇ ਕਿਤੇ ਹਰੀ ਦਾ ਜਸ ਸੁਣ ਲਿਆ ਹੋਵੇ ਭੁੱਲ ਚੁੱਕ ਕੇ, ਔਰ ਜ਼ਬਾਨ ਕਰਕੇ ਹਰੀ ਦਾ ਜਸ ਕਿਤੇ ਦੇ ਜ਼ਬਾਨ 'ਚੋਂ ਨਿਕਲ ਗਿਆ ਹੋਵੇ, ਹੋਰ ਨਹੀਂ ਜੇ ਦੇ ਸਰੀਰ 'ਤੇ ਕਿਸੇ ਮਹਾਂਪੁਰਖ ਦੀ ਚਰਨ ਧੂੜੀ ਹੀ ਪੈ ਗਈ ਹੋਵੇ, ਕੋਈ ਅੰਗ ਤਾਂ ਪਵਿੱਤਰ ਹੋਵੇ ਜਿਹਨੂੰ ਖਾ ਕੇ ਮੈਂ ਥੋੜ੍ਹੀ ਬਹੁਤ ਭੁੱਖ ਦੂਰ ਕਰਾਂ, ਇਉਂ ਜਾਣ ਕੇ ਮੈਂ ਸਾਰੇ ਅੰਗ ਸੁੰਘੇ। ਪਰ ਭਾਈ ਮਰਦਾਨਾ ਉੱਕਾ ਹੀ ਕੋਰਾ ਸੀ, ਇਹ ਜਾਣ ਕੇ ਮੈਂ ਛੋੜ ਦਿੱਤਾ। ਰੱਬ ਨੇ ਪਹਿਲੇ ਹੀ ਰੱਬੀ ਗੁਨਾਹਗਾਰਾਂ ਵਾਸਤੇ 84 ਨਰਕ ਛੋਟੇ ਵੱਡੇ, 18 ਵੱਡੇ ਵੱਡੇ ਬਣਾਏ ਹਨ। ਜੇਕਰ ਇਹ ਜੇ ਪਾਪੀ ਪੁਰਸ਼ ਦਾ ਮਾਂਸ ਖਾ ਲਿਆ, ਕਿਤੇ ਮੇਰੇ ਵਾਸਤੇ ਨਵਾਂ ਹੀ ਨਰਕ ਨਾ ਤਿਆਰ ਹੋ। ਇਹ ਜਾਣ ਕੇ ਮੈਂ ਇਸ ਨੂੰ ਛੱਡ ਦਿੱਤਾ, ਭੁੱਖ ਤਾਂ ਡਾਢੀ ਲੱਗੀ ਹੈ। ਇੰਨੀ ਗੱਲ ਜਦੋਂ ਉਸ ਬਘਿਆੜ ਨੇ ਕਹੀ, ਗੁਰੂ ਜੀ ਕਹਿਣ, ਦੇਖਿਆ ਮਰਦਾਨਾ, ਉਹ ਤਾਮਸੀ ਜੋਨੀ ਦੇ ਜਾਨਵਰ ਵੀ ਇਹੋ ਜਿਹੇ ਨਾਸਤਿਕ ਪੁਰਸ਼ਾਂ ਨੂੰ, ਭਗਤਹੀਣ ਪੁਰਸ਼ਾਂ ਨੂੰ ਕਿਹਾ ਜਾ ਬੁਰਾ ਸਮਝਦੇ ਹਨ। ਰਬਾਬ ਉਠਾ, ਮਰਦਾਨੇ ਨੇ ਰਬਾਬ ਉਠਾਇਆ, ਹਜ਼ੂਰ ਦੇ ਪਵਿੱਤਰ ਗਲੇ ਤੋਂ ਐਸੇ ਉਚਾਰਨ ਹੋਇਆ। ਕਾਹੇ ਜਗ ਆਏ ਨੇ ਭਗਤੀ ਤੋਂ,
ਭਗਤਹੀਣ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵਨਾ ਕਿੰਨੀ ਬਿਰਥਾ ਜਨਮ ਗਵਾਇਆ। ਭਗਤਹੀਣ ਪੁਰਸ਼ ਕਿਉਂ ਮਾਨ ਤਨ ਧਾਰ ਕੇ ਦੁਨੀਆਂ 'ਤੇ ਆਇਆ, ਜਿਸਨੇ ਗੁਰੂ ਕੀ ਸੇਵਾ ਨਹੀਂ ਕੀਤੀ, ਵਾਹਿਗੁਰੂ ਦਾ ਭਜਨ ਨਹੀਂ ਕੀਤਾ, ਉਹਦਾ ਆਉਣਾ ਸੰਸਾਰ 'ਤੇ ਉਹ ਨਿਸਫਲ ਹੈ। ਜਿਵੇਂ ਕਿਸੇ ਕਿਸੇ ਬੱਕਰੀ ਦੇ ਗਲ ਵਿੱਚ ਦੋ ਥਣ ਹੁੰਦੇ ਹਨ, ਉਹਨਾਂ ਵਿੱਚ ਦੁੱਧ ਨਹੀਂ ਹੁੰਦਾ, ਦੁੱਧ ਤੋਂ ਬਿਨਾਂ ਉਹਨਾਂ ਦਾ ਹੋਣਾ ਵਿਅਰਥ ਮੰਨਿਆ। ਇਸੇ ਤਰ੍ਹਾਂ ਮਾਨੁ ਤਨ ਧਾਰਿਆ ਵਾਹਿਗੁਰੂ ਦੀ ਭਗਤੀ ਤੋਂ ਬਿਨਾਂ ਵਿਅਰਥ ਹੈ। ਸਾਹਿਬ ਗੁਰੂ ਰਾਮਦਾਸ ਜੀ ਐਸਾ ਫਰਮਾਉਂਦੇ ਹਨ, ਜਿੰਨੀ ਐਸ ਹਰ ਨਾਮ ਨੱਚੇ ਪਾਤਸ਼ਾਹ ਫਰਮਾਉਂਦੇ ਹਨ। ਸੋ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਮਰਦਾਨਾ, ਜਿਹਨਾਂ ਪੈਰਾਂ ਨਾਲ ਚੱਲ ਕੇ ਇਹ ਸਤਸੰਗ ਵਿੱਚ ਨਹੀਂ ਜਾਂਦਾ, ਬੁਰੇ ਥਾਵੀਂ ਜਾਂਦਾ ਹੈ, ਉਹਨਾਂ ਪੈਰਾਂ ਨਾਲ ਦਰਖਤਾਂ ਦੀਆਂ ਜੜ੍ਹਾਂ ਅੱਛੀਆਂ ਹਨ, ਜਿਹਨਾਂ ਹੱਥਾਂ ਦੇ ਨਾਲ ਬੁਰਾਈਆਂ ਤਾਂ ਕਰਦਾ ਹੈ ਪਰ ਸਤਸੰਗ ਦੀ ਗੁਰੂ ਕੀ ਸੇਵਾ ਜਾਂ ਦਾਨ ਆਦਿ ਨਹੀਂ ਕਰਦਾ, ਉਹਨਾਂ ਹੱਥਾਂ ਦੇ ਨਾਲ ਦਰਖਤਾਂ ਦੀਆਂ ਟਾਹਣੀਆਂ ਚੰਗੀਆਂ ਹਨ, ਜਿਹਨਾਂ ਕੰਨਾਂ ਕਰਕੇ ਨਿੰਦਿਆ ਚੁਗਲੀ ਝੂਠ ਮੂਠ ਕਿਚ ਪਿਚ ਤਾਂ ਦਿਨ ਰਾਤ ਸੁਣਦਾ ਹੈ ਪਰ ਵਾਹਿਗੁਰੂ ਦਾ ਜਸ ਪ੍ਰੇਮ ਨਾਲ ਨਹੀਂ ਸੁਣਦਾ, ਉਹਨਾਂ ਕੰਨਾਂ ਦੇ ਨਾਲੋਂ ਸੱਪਾਂ ਦੇ ਰਹਿਣ ਦੀਆਂ ਵਰਮੀਆਂ ਚੰਗੀਆਂ ਹਨ, ਜਿਸ ਜ਼ਬਾਨ ਨਾਲ ਵਾਹਿਗੁਰੂ ਦਾ ਜਸ ਨਹੀਂ ਕਰਦਾ, ਨਿੰਦਿਆ ਚੁਗਲੀ ਝੂਠ ਮੂਠ ਕਿਚ ਪਿਚ ਦਿਨ ਰਾਤ ਬੋਲਦਾ ਹੈ, ਉਹ ਜ਼ਬਾਨ ਨਾਲੋਂ ਮੇਂਢਕ ਦੀ ਡੱਡੂ ਦੀ ਜ਼ਬਾਨ ਚੰਗੀ ਹੈ, ਜਿਹਨਾਂ ਨੇਤਰਾਂ ਕਰਕੇ ਖੋਟੀ ਨਿਗਾਹੀ ਤਾਂ ਦੇਖਦਾ ਹੈ ਪਰ ਪਿਆਰ ਨਾਲ ਗੁਰੂ ਗੁਰੂ ਸਵਾਰ ਦੇ ਦਰਸ਼ਨ ਨਹੀਂ ਕਰਦਾ, ਉਹਨਾਂ ਅੱਖਾਂ ਨਾਲ ਮੋਰ ਦੇ ਖੰਭਾਂ 'ਤੇ ਟਿੱਕੀਆਂ ਭਲੀਆਂ ਹਨ, ਜਿਹੜਾ ਸਿਰ ਭਾਵੇਂ ਹੀਰੇ ਲਾਲ ਜਵਾਹਰਾਤ ਆਦਿ ਦੇ ਮੁਕਟਾਂ 'ਤੇ ਸਿੰਜੂ ਵੀ ਕਿਉਂ ਨਾ ਹੋਵੇ, ਉਹ ਗੁਰੂ ਪਰਮੇਸ਼ਰ ਅੱਗੇ ਨਹੀਂ ਨਿਮਦਾ ਹੈ, ਉਹ ਭਾਰ ਰੂਪ ਹੈ, ਜਿਸ ਹਿਰਦੇ ਦੇ ਵਿੱਚ ਰੱਬ ਦਾ ਵਾਸਾ ਨਹੀਂ ਉਹ ਪੱਥਰ 'ਤੇ ਛੂਨ ਹੈ, ਕਿਉਂ ਸਾਰਾ ਸਰੀਰ ਸਰੀਰ ਦੇ ਅੰਗ ਹੀ ਵਿਅਰਥ ਹਨ ਵਾਹਿਗੁਰੂ ਦੀ ਸੇਵਾ ਭਗਤੀ ਤੋਂ ਬਿਨਾਂ। ਤਾਂ ਦੇ ਗੁਰੂ ਜੀ ਕਹਿੰਦੇ ਨੇ ਇਸ ਦੇ ਆਉਣ ਦਾ ਪ੍ਰਯੋਜਨ ਤਾਂ ਇਹੀ ਕੁਛ ਹੈ। ਤਾਂ ਨਾਮ ਦੇ ਜਪਣ ਆਇਆ
ਆਵਨ ਤੋਂ ਇੱਕ ਇੱਕ ਆਇਆ ਜਨਮ ਤਮੋਇਆ ਮੋਹਣੀ ਮਾਇਆ। ਮਾਨੁਖ ਤਨ ਦਾ ਮੁੱਖ ਫਰਜ਼ ਵਾਹਿਗੁਰੂ ਦੀ ਬੰਦਗੀ ਕਰਨਾ ਹੈ। ਹੁਣ ਸਮੇਂ ਵੱਲ ਵੀ ਦੇਖੋ, ਸਾਰੀ ਸੰਗਤ ਪਹਿਲੇ ਤਿੰਨ ਹਿੱਸਿਆਂ ਵਿੱਚ ਸ੍ਰੀ ਅਨੰਦ ਸਾਹਿਬ ਦਾ ਪਾਠ ਕਰੋ, ਫਿਰ ਗੁਰੂ ਸਤੋਤਰ ਵਿੱਚ ਗਜ ਵਜ ਕੇ ਬੋਲੋ, ਕੋਈ ਜ਼ਬਾਨ ਐਸੀ ਨਾ ਹੋਵੇ ਜੋ ਖਾਲੀ ਰਹਿ ਜਾਏ, ਫਿਰ ਅਰਦਾਸ ਵਿੱਚ ਜੁੜੋ, ਹੁਕਮਨਾਮਾ ਸੁਣ ਕੇ ਗੁਰੂ ਮਹਾਰਾਜ ਦਾ ਪ੍ਰਸ਼ਾਦ ਲੈ ਕੇ ਚਾਲੇ ਪਾਓ, ਫਿਰ ਤੁਹਾਡਾ ਦੂਸਰਾ ਦੀਵਾਨ ਸਮਾਪਤ ਹੁੰਦਾ, ਬਾਕੀ ਤਿੰਨ ਸਿਰਫ ਰਹਿ ਜਾਂਦੇ ਹਨ। ਰਾਮ ਕਲੀ ਮਹਲਾ ਤੀਜਾ ਆਨੰਦ ਓਂਕਾਰ ਸਤਿਗੁਰ ਪ੍ਰਸ਼ਾਦ ਆਨੰਦ ਪਿਆ ਸੁਣ ਮੇਰੀ ਮਾਏ। ਥਨ ਹੈ ਗੁਰੂ ਨਾਨਕ
ਤੁਮਕੋ